ਡਾਕਟਰ ਜੀ ਐੱਸ ਗਿੱਲ ਮੈਮੋਰੀਅਲ ਜਨਤਾ ਕੇਅਰ ਚੈਰੀਟੇਬਲ ਹੋਸਪਿਟਲ ਜੋ ਕਿ 13 ਹੀ 13 ਮਿਸ਼ਨ ਦੇ ਤਹਿਤ ਸੇਵਾ ਕਰ ਰਿਹਾ ਹੈ। ਡਾਕਟਰ ਜੀ ਐੱਸ ਗਿੱਲ ਜੀ ਦੇ ਸੁਪਨਿਆਂ ਵੱਲ ਵੱਧਦੇ ਡਾਕਟਰ ਗੁਰਬੀਰ ਸਿੰਘ ਗਿੱਲ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਸੇਵਾਵਾਂ ਦੇ ਰਹੇ ਨੇ ਅਤੇ ਹੋਸਪਿਟਲ ਵਿਖੇ 13 ਹੀ 13 ਮਿਸ਼ਨ ਦੇ ਤਹਿਤ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਬੀਤੇ ਦਿਨੀ ਡਾਕਟਰ ਜੀ ਐੱਸ ਗਿੱਲ ਮੈਮੋਰੀਅਲ ਜਨਤਾ ਕੇਅਰ ਚੈਰੀਟੇਬਲ ਹੋਸਪਿਟਲ ਵੱਲੋਂ 13 ਹੀ 13 ਮਿਸ਼ਨ ਦੇ ਤਹਿਤ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰ ਕੌਰ ਜੀ ਦੇ ਵਿਆਹ ਪੂਰਬ ਨੂੰ ਸਮਰਪਿਤ ਮੈਡੀਕਲ ਚੈੱਕਅਪ ਕੈਂਪ ਸ਼੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਕਰਤਾਰਪੁਰ ਸਾਹਿਬ ਵਿਖੇ ਬੜੀ ਹੀ ਧੂਮਧਾਮ ਨਾਲ ਲਗਾਇਆ ਗਿਆ। ਇਸ ਮੌਕੇ 200 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਦਾ ਆਈ ਸੰਗਤ ਨੇ ਵੱਧ ਚੜ੍ਹ ਕੇ ਲਾਹਾ ਲਿਆ। ਸਾਈ ਟੀਮ ਨੇ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ ਇਸ ਕੈਂਪ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਵਿਸ਼ੇਸ਼ ਤੌਰ 'ਤੇ ਪੁੱਜੇ ਜਿਨ੍ਹਾਂ ਵੱਲੋਂ ਜਨਤਾ ਹੋਸਪਿਟਲ ਦੇ ਇਸ ਉਪਰਾਲੇ ਦੀ ਬੇਹੱਦ ਸ਼ਲਾਘਾ ਕੀਤੀ ਗਈ। ਆਓ ਮਾਰਦੇ ਹਨ ਨਜ਼ਰ ਕੈਂਪ ਦੀਆਂ ਕੁਝ ਝਲਕੀਆਂ 'ਤੇ। ਜਨਤਾ ਕੇਅਰ ਚੈਰੀਟੇਬਲ ਹੋਸਪਿਟਲ ਵੱਲੋਂ ਕੀਤਾ ਗਿਆ 13 ਹੀ 13 ਦਾ ਉਪਰਾਲਾ ਜਿਹਦੇ ਤਹਿਤ ਅੱਜ ਕੈਂਪ ਜਿਹੜਾ ਹੈਗਾ ਕਰਤਾਰਪੁਰ ਸਾਹਿਬ ਵਿਖੇ ਲੱਗਿਆ ਹੋਇਆ ਹੈ। ਆਪਾਂ ਦੇਖ ਸਕਦੇ ਕਿ ਉਹ ਗੁਰਦੁਆਰਾ ਜਿੱਥੇ ਇਤਿਹਾਸਿਕ ਅੱਜ ਵਿਆਹ ਦਾ ਜਿਹੜਾ ਸਮਾਗਮ ਮਨਾਇਆ ਜਾ ਰਿਹਾ ਹੈਗਾ ਔਰ ਗੱਲ ਕਰ ਰਹੇ ਹਾਂ ਇੱਥੋਂ ਦੇ ਜਿਹੜੇ ਲੋਕ ਮੈਡੀਸਨ ਲੈ ਰਹੇ ਨੇ ਉੱਥੋਂ ਹੋਸਪਿਟਲ ਵਾਲੇ ਨੇ ਅਤੇ ਜਨਤਾ ਕੇਅਰ ਹੋਸਪਿਟਲ ਵਾਲਿਆਂ ਨੇ ਜਿਹੜਾ ਇਹ ਕੈਂਪ ਲਾਇਆ ਹੈਗਾ। ਵੀਰ ਜੀ ਕੀ ਕਹਿਣਾ ਚਾਹੋਗੇ 13 ਹੀ 13 ਦੇ ਮਿਸ਼ਨ ਦੇ ਅੰਤਰਗਤ ਜਿਹੜਾ ਕੈਂਪ ਲਾਇਆ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਉਪਰਾਲਾ ਜੀ ਠੀਕ ਲੱਗਦਾ ਮਨ ਮਾਤਾ ਖੁਸ਼ ਆ ਪਣ ਹਾਂਜੀ ਬਾਈ ਜੀ 13 ਹੀ 13 ਜਨਤਾ ਹੋਸਪਿਟਲ ਵਾਲਿਆਂ ਨੇ ਕੀ ਕਹਿਣਾ ਚਾਹੋਗੇ ਕਿ 13 ਹੀ 13 ਹੋ ਰਹੀ ਆ 13 ਹੀ 13 13 ਹੀ 13 ਦੇ ਅੰਤਰਗਤ ਜਿਹੜਾ ਕੈਂਪ ਲੱਗਾ ਕੀ ਕਹਿਣਾ ਚਾਹੋਗੇ? ਉਹੀ ਵਿਆਹ ਵਾਲੇ ਨਜ਼ਾਰੇ ਆ ਰਹੇ ਨੇ ਬਹੁਤ ਨਜ਼ਾਰੇ ਆ ਰਹੇ ਵਿਆਹ ਵਾਲੇ ਪਰ ਉਹਦੇ ਨਾਲ ਨਾਲ ਜਿਹੜਾ ਜਨਤਾ ਹੋਸਪਿਟਲ ਵਾਲੇ ਨੇ 13 ਹੀ 13 ਕਰਾਇਆ 13 ਹੀ 13 ਕਰਾਇਆ ਪੂਰਾ ਮਜ਼ਾ ਆਉਂਦਾ ਹਾਂ ਬਾਈ ਵਧੀਆ ਉੱਧਰੋਂ ਵਿਆਹ ਪੂਰਵ ਅਤੇ ਉੱਧਰੋਂ 13 ਹੀ 13 ਵਾਲਿਆਂ ਦਾ ਕੈਂਪ ਜਨਤਾ ਹੋਸਪਿਟਲ ਦਾ ਵਧੀਆ ਬਈ ਹਰ ਉਸ ਧਾਰਮਿਕ ਕੰਮ ਦੇ ਵਿੱਚ ਜਿੱਥੇ ਲੋਕਾਂ ਦੇ ਮਾਇੰਡ ਸੈਟਅਪ ਜਿਹੜੇ ਹੈਗੇ ਪੋਜ਼ਿਟਿਵ ਹੁੰਦੇ ਨੇ ਔਰ ਇਹ ਵਿਆਹ ਪੁਰਖ ਜੀ ਦੇ ਕਿ ਬੜੀ ਸ਼ਰਧਾ ਦੇ ਨਾਲ ਸਤਿਕਾਰ ਨਾਲ ਮਨਾਏ ਜਾ ਰਹੇ ਨੇ ਔਰ ਜਿਨ੍ਹਾਂ ਦੇ ਵਿੱਚ ਉਹੀ ਕਲਾਵਾਂ ਜਿਹੜੀਆਂ ਹੈਗੀਆਂ ਉਹੀ ਚੀਜ਼ਾਂ ਜੋ ਉਸ ਸਮੇਂ ਦੇ ਸੀਗੀਆਂ ਅੱਜ ਯਾਦ ਕੀਤੀਆਂ ਜਾਂਦੀਆਂ ਪ੍ਰਾਤਨ ਚੀਜ਼ਾਂ ਔਰ ਗੁਰੂ ਨਾਨਕ ਦੇਵ ਜੀ ਨੂੰ ਔਰ ਸਾਰਾ ਯਾਦ ਕਰਾਇਆ ਜਾਂਦਾ ਕੀ ਕਹਿਣਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਵੱਲੋਂ ਸ੍ਰੀਨਗਰੀ ਕਰਤਾਰਪੁਰ ਸਾਹਿਬ ਜਿਨ ਮਹਾਰਾ ਗੁਰੂ ਅਰਜਨ ਦੇਵ ਮਹਾਰਾਜ ਵਸਾਉਣਾ ਕੀਤਾ ਇੱਥੇ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਾਤਾ ਗੁਜਰੀ ਜੀ ਦਾ ਆਨੰਦ ਕਾਰਜ ਹੋਇਆ ਗੁਰੂ ਛੇਵੇਂ ਪਾਤਸ਼ਾਹ ਨੇ ਆਪਣੀ ਹਾਥੀ ਵਿੱਚ ਕੀਤਾ ਸੋ ਉਹਨੂੰ ਜਗਤ ਮਾਤਾ ਗੁਜਰੀ ਦੀ ਵਿਆਹ ਪੁਰਬ ਨੂੰ ਸਮੁੱਚੀ ਸੰਗਤਾਂ ਬੜੇ ਪਿਆਰ ਸ਼ਰਧਾ ਨਾਲ ਤੁਸੀਂ ਦੇਖ ਰਹੇ ਇੱਕ ਤਰ੍ਹਾਂ ਸ਼ਰਧਾ ਨਾਲ ਭਾਵਨਾ ਨਾਲ ਮਨਾ ਰਹੇ ਨੇ ਇੱਕ ਬਹੁਤ ਵੱਡੀ ਦੇਣ ਬਹੁਤ ਵੱਡੀ ਬਖਸ਼ਿਸ਼ ਆ ਧੰਨ ਮਾਤਾ ਗੁਜਰੀ ਦੀ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਉਹਨਾਂ ਨੇ ਪ੍ਰਕਾਸ਼ ਹੋਇਆ ਉਹਨਾਂ ਨੇ ਬਖਸ਼ਿਸ਼ ਕੀਤੀ ਗੁਰੂ ਤੇਗ ਬਹਾਦਰ ਸਿੰਘ ਅਤੇ ਬੜਾ ਵੱਡਾ ਖਾਲਸਾ ਪੰਥ ਦੀ ਸਿਰਜਣਾ ਕੀਤੀ ਆ ਉਹ ਅਸੀਂ ਦੇ ਨਹੀਂ ਦੇ ਸਕਦੇ ਮਾਤਾ ਜੀ ਦਾ ਉਹਨੂੰ ਖੁਸ਼ੀਆਂ ਲੈ ਕੇ ਸਾਰੇ ਸੰਗਤਾਂ ਆਪਣੇ ਭਾਵਨਾ ਮਨਾ ਰਹੀਆਂ ਗੁਰੂ ਕਿਰਪਾ ਕਰਕੇ ਸਾਨੂੰ ਉਹ ਜੀਵਨ ਨੂੰ ਦੇਵੇ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਬਹੁਤ ਸੰਗਤਾਂ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ?
ਸੁਬਹਾ ਤੋਂ ਲਾ ਕੇ 200 ਤੋਂ ਵੱਧ ਪੇਸ਼ੈਂਟਾਂ ਜਿਹੜੇ ਉਹ ਹਾਰਟ ਦੀਆਂ ਬਿਮਾਰੀਆਂ ਦੇ ਵਿੱਚ ਜੂਝ ਰਹੇ ਸੀਗੇ, ਉਹਨਾਂ ਦਾ ECG ਉਹਨਾਂ ਨੂੰ ਸ਼ੂਗਰ ਦੇ ਟੈਸਟ ਸਾਰੇ ਫ੍ਰੀ ਕੀਤੇ ਗਏ, ਕੀ ਕਹਿੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਾਤਾ ਗੁਜਰ ਕੌਰ ਜੀ, ਜਿਹਨਾਂ ਦੇ ਅੱਜ ਪੰਜਾਬ ਦੇ ਵਿੱਚ ਵੱਡਾ ਇਕੱਠ ਅਤੇ ਆਮ ਇਕੱਠਾਂ ਦੇ ਵਿੱਚ ਫਿਰ ਕੈਂਪ ਵੀ ਲਾਏ ਜਾਂਦੇ ਆ, ਅਤੇ ਮੈਂ ਜਨਤਾ ਹੋਸਪਿਟਲ ਜਲੰਧਰ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ, ਕਿਉਂਕਿ ਜਿੱਥੇ ਇਹਨਾਂ ਨੇ ਅਸਲ ਮਨੁੱਖਤਾ ਦੀ ਸੇਵਾ, ਉਹ ਮਨੁੱਖਤਾ ਦੀ ਸੇਵਾ ਕੀ ਆ, ਬੇਤਾ ਨਾਲ ਹਰ ਚੀਜ਼ ਦਾ ਹੁੰਦਾ ਆ, ਪਰ ਕਈ ਵਾਰੀ ਪਰ ਇਹਨਾਂ ਨੇ ਅੱਜ 200 ਤੋਂ ਵੱਧ ਜਿਹੜੇ ਪੇਸ਼ੈਂਟ ਆ ਉਹਨਾਂ ਦਾ ਚੈੱਕਅਪ ਕੀਤਾ, ਜਿੱਥੇ ਚੈੱਕਅਪ ਕੀਤਾ ਉੱਥੇ ਨਾਲ ਇਹਨਾਂ ਦੇ ਮੈਂ ਇਸ ਕਾਰਜ ਦਾ ਵੀ ਪ੍ਰਮੋਸ਼ਨ ਕਰਦਾ, ਇਹਨਾਂ ਨੇ ਬਹੁਤ ਵੱਡੇ ਕੰਸੈਸ਼ਨ 'ਤੇ ਉੱਥੇ ਦਵਾਈਆਂ ਨਹੀਂ ਦਿੰਦੇ, ਇਲਾਜ ਵੀ ਕਰਦੇ, ਔਰ ਬਗੈਰ ਆਪਰੇਸ਼ਨ ਤੋਂ ਸਾਡੇ ਸਿੰਘ ਸਾਹਿਬ ਗਿਆਨੀ ਰਘੂ ਚੱਲੇ ਹੋ ਗਏ, 3-4 ਸਾਲ ਇੱਥੋਂ ਇਲਾਜ ਕਰਵਾ ਕੇ ਗਏ ਆ, ਸੋ ਮੈਂ ਵਧਾਈ ਵੀ ਇਹਨਾਂ ਨੂੰ ਦਿੰਦਾ ਜਿਸ ਮੁਕੰਮਲ ਕਾਜ ਲਈ ਨਾਲ ਅਰਦਾਸ ਵੀ ਕਰਦਾ ਸਤਿਗੁਰ ਜੀ ਦੇ ਸਾਹਮਣੇ ਰਾਤ ਚੌਂਕੜੀ ਤਰੱਕੀ ਪਾ। ਦਸਾਂ 13-13 ਮਿਸ਼ਨ ਦੇ ਅੰਤਰਗਤ ਜਿਸ ਤਰੀਕੇ ਨਾਲ ਜਨਤਾ ਹੋਸਪਿਟਲ ਨੇ ਉਪਰਾਲੇ ਕੀਤੇ ਹਨ, ਔਰ ਜਿੱਦਾਂ ਅੱਜ ਇੱਥੇ ਕਰਤਾਰਪੁਰ ਦੇ ਪਵਿੱਤਰ ਧਰਤੀ ਦੇ ਉੱਪਰ ਜਿਹੜੇ ਵਿਆਹ ਪੁਰਬ ਮਨਾਏ ਜਾ ਰਹੇ ਆ ਮਾਤਾ ਗੁਜਰ ਕੌਰ ਜੀ ਦੇ ਅਤੇ ਬਾਦਲ ਸਾਹਿਬ ਜੀ ਦਾ, ਔਰ ਜਿਸ ਤਰੀਕੇ ਦੇ ਨਾਲ ਅੱਜ ਆਪਾਂ ਦੇਖਿਆ ਕਿ 200 ਤੋਂ ਵੱਧ ਪੇਸ਼ੈਂਟ ਆ ਜਿਹੜਾ ਇੱਥੇ ਇਲਾਜ ਕਰਾਇਆ ਗਿਆ, ਔਰ ਜਿਵੇਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਆ ਕੇ ਬਹੁਤ ਇਸ ਗੱਲ ਨੂੰ ਸਲਾਹਿਆ, ਔਰ ਡਾਕਟਰ ਗੁਰਵੀਰ ਦੀ ਸ਼ਲਾਘਾ ਕੀਤੀ ਕਿ ਉਹਨਾਂ ਨੇ ਜਥੇਦਾਰ ਰਘਵੀਰ ਸਿੰਘ ਜੀ ਨੂੰ ਵੀ ਬਿਨਾਂ ਸਟੈਂਡ ਤੋਂ ਇੱਕ ਜ਼ਿੰਦਗੀ ਦਿੱਤੀ ਹੈ। ਕੀ ਕਹਿਣਾ ਚਾਹੋਗੇ ਕਿ ਇਹ ਹੋਸਪਿਟਲ ਜਨਤਾ ਹੋਸਪਿਟਲ 13-13 ਜਿਹਦੇ ਵਿੱਚ ਡਾਕਟਰ ਗੁਰਵੀਰ ਸਿੰਘ ਗਿੱਲ ਨੇ ਇੱਕ ਮਿਸ਼ਨ ਬਣਾਇਆ ਕਿ ਅਸੀਂ ਇੱਥੇ ਨਫਾ ਨਹੀਂ ਬਲਕਿ ਸੇਵਾ ਕਰਨੀ ਹੈ, ਕੀ ਕਹਿਣਾ ਚਾਹੋਗੇ? ਜਨਤਾ ਹਸਪਤਾਲ 13-13 ਮਿਸ਼ਨ ਦੇ ਤਹਿਤ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾ ਰਿਹਾ, ਔਰ ਕੈਂਪਾਂ ਦੀ ਲੜੀ ਚੱਲ ਰਹੀ ਹੈ, ਔਰ ਅੱਜ ਕਈ ਬਹਾਦਰ ਜੀ ਦੇ ਵਿਆਹ ਦੇ ਮੌਕੇ ਦੇ ਉੱਪਰ ਕਰਤਾਰਪੁਰ ਸਾਹਿਬ ਵਿਖੇ ਕੈਂਪ ਲਗਾਇਆ ਗਿਆ, ਜਿਹਦੇ ਵਿੱਚ 200 ਤੋਂ ਵੱਧ ਪੇਸ਼ੈਂਟ ਚੈੱਕ ਕੀਤੇ ਗਏ, ਜਿਹਨਾਂ ਦੀ ਸ਼ੂਗਰ ਚੈੱਕਅਪ ਕੀਤੀ ਗਈ ਅਤੇ ਨਾਲ ਦਵਾਈਆਂ ਵੀ ਮੁਫ਼ਤ ਦਿੱਤੀਆਂ। ਦੱਸਣ ਕੀ ਕਹਿਣਾ ਚਾਹੋਗੇ ਕਿ ਇਹ ਕੈਂਪ ਜਿਹੜੇ ਹੈਗੇ ਆ ਲੜੀ ਆ, ਇੱਕ ਕੈਂਪ ਲਾਉਣੇ ਆ ਜਿਹਦੇ ਤਹਿਤ ਪੰਜਾਬ ਦੇ ਵੱਖ ਵੱਖ ਹਿੱਸੇ 'ਚ ਜਾ ਕੇ ਅਸੀਂ ਲੋੜਵੰਦਾਂ ਦੇ ਲਈ ਧਾਰਮਿਕ ਸਥਾਨਾਂ ਦੇ ਉੱਪਰ ਜਾ ਕੇ ਕੈਂਪ ਔਰਗਨਾਈਜ਼ ਕਰਦੇ ਹਾਂ? ਹਾਂਜੀ ਸਰ, ਅਸੀਂ ਜਿਹੜੇ ਵੀ ਧਾਰਮਿਕ ਸਥਾਨ ਸਾਨੂੰ ਅਪਰੋਚ ਕਰਦੇ ਹਾਂ ਅਸੀਂ ਇੱਥੇ ਪਹੁੰਚ ਕੇ ਸੇਵਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।